ਹਾਂ ਜੀ ਅੱਸੀ ਗਾਲੀ ਸਾਰਿਆਂ ਨੂੰ ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਡੇ ਤੱਕ ਪਹੁੰਚ ਸਕਣ ਹਰ ਰੋਜ਼ ਨਵੀਆਂ ਤੇ ਤਾਜ਼ੀਆਂ ਖਬਰਾਂ ਹਾਂ ਜੀ ਅੱਸੀ ਗਾਲੀ ਸਾਰਿਆਂ ਨੂੰ ਅੱਜ ਦੇ ਇਸ ਭਾਗ ਦੇ ਵਿੱਚ ਅਸੀਂ ਜਿਹੜੇ ਸਵਾਲ ਤੁਸੀਂ ਕਮੈਂਟਾਂ ਵਿੱਚ ਪੁੱਛੇ ਸੀ ਉਹਨਾਂ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਕੁਝ ਜਿਹੜੀਆਂ ਗੱਲਾਂ ਇਟਾਲੀਅਨ ਵਿੱਚ ਤੁਹਾਨੂੰ ਦੱਸਣੀਆਂ ਚਾਹੀਦੀਆਂ ਸੀ ਜਿਹੜੇ ਆਪਣੇ ਸ਼ਬਦ ਅਸੀਂ ਦੱਸਣੇ ਸੀ ਨਹੀਂ ਦੱਸੇ ਉਹਨਾਂ ਬਾਰੇ ਗੱਲ ਕਰਾਂਗੇ ਜੀ ਕਿਉਂਕਿ ਅੱਜ ਸਾਡੇ ਕੋਲ ਟਾਈਮ ਕੱਟ ਸੀ ਇਸ ਕਰਕੇ ਸਾਡੇ ਕੋਲ ਤੁਹਾਨੂੰ ਪਹਿਲਾਂ ਨਹੀਂ ਦੱਸ ਹੋਇਆ ਜੀ ਥੋੜੇ ਜੇ ਹਾਂਜੀ ਥੋੜੇ ਜੇ ਸ਼ਬਦ ਦੇਖਦੇ ਆਂ ਜੀ ਇਟਾਲੀਅਨ ਦੇ ਜਿੱਦਾਂ ਕਿ ਇਨਟਰਨੋ ਐਸਟਰਨੋ ਇਨਟਰਨੋ ਤੇ ਡੈਂਟਰੋ ਸੇਮ ਚੀਜ਼ ਇਨਟਰਨੋ ਹੁੰਦਾ ਕਿਸੇ ਚੀਜ਼ ਅੰਦਰ ਐਸਟਰਨੋ ਹੁੰਦਾ ਕਿਸੇ ਚੀਜ਼ ਤੋਂ ਬਾਹਰ ਡੈਂਟਰੋ ਵੀ ਹੁੰਦਾ ਕਿਸੇ ਚੀਜ਼ ਦੇ ਅੰਦਰ ਕੋਈ ਚੀਜ਼ ਫੋਰ ਹੀ ਹੁੰਦਾ ਫੋਰ ਹੀ ਹੁੰਦਾ ਕਿਸੇ ਚੀਜ਼ ਤੋਂ ਬਾਹਰ ਇਹਨਾਂ ਦੋਹਾਂ ਦਾ ਮਤਲਬ ਸੇਮੀ ਆ ਤੇ ਪਰ ਇਹ ਵਰਤੇ ਵਰਤੇ ਅਲੱਗ-ਅਲੱਗ ਸਿਚੁਏਸ਼ਨਾਂ ਵਿੱਚ ਜਾਂਦੇ ਆ ਜੀ ਦੀਤਰੋ ਦੀਤਰੋ ਹੁੰਦਾ ਕਿਸੇ ਚੀਜ਼ ਦੇ ਪਿੱਛੇ ਆਵਾਂਤੀ ਹੁੰਦਾ ਅੱਗੇ ਠੀਕ ਹੈ ਜੀ ਦੀਤਰੋ ਵਾਇ ਦੀਤਰੋ ਅਸ਼ਾ ਇਨ ਦੀਤਰੋ ਇਨ ਆਵਾਂਤੀ ਚਲੋ ਇੱਥੇ ਲਿਖ ਸਕਦੇ ਚਲੋ ਫਿਲਹਾਲ ਰਹਿੰਦੇ ਨੇ ਦੀਤਰੋ ਪਿੱਛੇ ਆਵਾਂਤੀ ਅੱਗੇ ਉਸ ਤੋਂ ਬਾਅਦ ਜੀ ਇੰਟੀਰੀਅਰ ਅਸ਼ਾ ਜੀ ਇਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਹੈ ਜੀ ਇੰਟੀਰੀਅਰ ਮਤਲਬ ਪੇ ਅੰਦਰਲੀ ਸਾਈਡ ਵਾਲਾ ਇੰਟਰਨੋ ਦਾ ਮਤਲਬ ਜਦ ਕਿ ਹੈਗਾ ਅੰਦਰ ਤੇ ਇੰਟੀਰੀਅਰ ਦਾ ਮਤਲਬ ਹੁੰਦਾ ਅੰਦਰਲੀ ਚੀਜ਼ ਆ ਅੰਦਰਲਾ ਪਾਸਾ ਜਿੱਦਾ ਪੋਰਟ ਪੋਰਟਾ ਇੰਟੀਰੀਅਰ ਦਰਵਾਜ਼ਾ ਅੰਦਰਲੇ ਪਾਸੇ ਪੋਰਟਾ ਅਲ ਇੰਟਰਨੋ ਕੇ ਦਰਵਾਜ਼ਾ ਅੰਦਰ ਹੈ ਪੋਰਟਾ ਅੰਦਰਲਾ ਪੋਰਟਾ ਐਸਟੀਰੀਅਰ ਕਿ ਬਾਹਰਲਾ ਦਰਵਾਜ਼ਾ ਪੋਰਟਾ ਅਲ ਐਸਟੀਰਨੋ ਕੇ ਦਰਵਾਜ਼ਾ ਬਾਹਰਲੇ ਪਾਸੇ ਹੈ ਇੰਟੀਰੀਅਰ अच्छा एंटीरियर ही हुंदा अगला पोस्टीरियर है पिछला सुपीरियर है ऊपर वाला पासा इन्फीरियर है ਥੱਲੇ ਵਾਲਾ ਪਾਸਾ ਦੇਖੋ ਜੀ ਇੰਟੀਰੀਅਰ ਕਿਸੇ ਚੀਜ਼ ਦਾ ਅੰਦਰਲਾ ਪਾਸਾ ਇਸ ਤੇਰੀਓਰ ਹੈ ਉਸੇ ਚੀਜ਼ ਦਾ ਕਿਸੇ ਵੀ ਚੀਜ਼ ਦਾ ਬਾਹਰਲਾ ਪਾਸਾ ਅੰਟੀਰੀਅਰ ਕਿਸੇ ਚੀਜ਼ ਦਾ ਮੋਹਰਲਾ ਫਰੰਟ ਜਿਹੜੀ ਹੈ ਉਹ ਵਾਲੀ ਸਾਈਡ ਪੋਸਟੇਰੀਓਰ ਕਿਸੇ ਚੀਜ਼ ਦੀ ਬੈਕ ਸਾਈਡ ਜਿਹੜਾ ਪਿਛਲਾ ਪਾਸਾ ਹੁੰਦਾ ਸੁਪੇਰੀਓਰ ਹੁੰਦਾ ਕਿਸੇ ਚੀਜ਼ ਦਾ ਉੱਤੇ ਵਾਲਾ ਪਾਸਾ ਛੱਤ ਵਾਲਾ ਜਿਹਨੂੰ ਅਸੀਂ ਕਹਿੰਦੇ ਹਾਂ ਇਨਫੇਰੀਓਰ ਹੁੰਦਾ ਕਿਸੇ ਚੀਜ਼ ਦਾ ਥੱਲੇ ਵਾਲਾ ਜਿਹੜਾ ਤੁਸੀਂ ਗਰਾਉਂਡ ਫਲੋਰ ਕਹਿੰਦੇ ਹੋ ਨਾ ਉਹ ਥੱਲੇ ਵਾਲਾ ਪਾਸਾ ਉਸ ਤੋਂ ਬਾਅਦ ਦੇਖਦੇ ਹਾਂ ਜੀ ਸੋਟੋ ਸੋਪਰਾ ਸੋਟੋ ਹੁੰਦਾ ਕਿਸੇ ਚੀਜ਼ ਦੇ ਥੱਲੇ ਹੁੰਣਾ ਸੋਪਰਾ ਕਿਸੇ ਚੀਜ਼ ਦੇ ਉੱਤੇ ਡੈਸਟਰਾ ਸੱਜਾ ਸਿਨੀਸਟਰਾ ਖੱਬਾ ਹੁਣ ਦੇਖੋ ਜੀ ਇਹਨਾਂ ਦੇ ਮੂਰੇ ਅਗਰ ਆ ਲੱਗ ਜਾਂਦਾ ਆ ਇਸ ਤਰ੍ਹਾਂ ਸੱਜੇ ਪਾਸੇ ਨੂੰ ਠੀਕ ਹੈ ਜੀ ਸਿਨੀਸਤਰਾ ਕੱਲਾ ਸਿਨੀਸਤਰਾ ਹੋਵੇ ਉਹਦਾ ਮਤਲਬ ਹੁੰਦਾ ਖੱਬਾ ਜੇਕਰ ਇਹਦੇ ਮੂਰੇ ਆ ਲੱਗ ਜਾਂਦਾ ਨਾ ਆ ਸਿਨੀਸਤਰਾ ਉਹਦਾ ਮਤਲਬ ਬਣ ਜਾਂਦਾ ਸੇ ਖੱਬੇ ਪਾਸੇ ਨੂੰ ਇਸੇ ਸਾਡਾ ਜਿਹੜਾ ਛੋਟਾ ਜਿਹਾ ਤੁਹਾਨੂੰ ਇਟਾਲੀਅਨ ਦੱਸਣ ਦਾ ਇਪੀਸੋਡ ਰੱਖ ਲੋ ਜਾਂ ਇਨਫੋਰਮੇਸ਼ਨ ਰੱਖ ਲੋ ਸਾਨੂੰ ਜਰੂਰ ਦੱਸਿਓ ਤੁਹਾਨੂੰ ਕਿਦਾਂ ਲੱਗੀ ਤਾਂ ਜੋ ਅਸੀਂ ਹੋਰ ਵੀ ਆਪਣੇ ਜਿਹੜੀਆਂ ਵੀਡੀਓ ਨਾਲ ਦੇ ਵਿੱਚ ਤੁਹਾਨੂੰ ਇਦਾਂ ਦੀਆਂ ਹੋਰ ਵੀ ਇਨਫੋਰਮੇਟਿਵ ਗੱਲਾਂ ਦੱਸਣੀਆਂ ਦੱਸਿਆ ਕਰੀਏ ਜੀ ਹਾਂਜੀ ਜੀ ਹੁਣ ਆਪਾਂ ਇਹ ਜਿਹੜੀਆਂ ਕਮੈਂਟਾਂ ਉਹਨਾਂ ਦੇ ਵੱਲ ਚੱਲਦੇ ਹਾਂ ਜੀ ਕਿ ਕਮੈਂਟਾਂ ਦੇ ਵਿੱਚ ਕੀ-ਕੀ ਆਇਆ ਗਿਆ ਤੇ ਕਿਹੜੇ-ਕਿਹੜੇ ਸਵਾਲ ਪੁੱਛੇ ਤੁਸੀਂ ਤੇ ਕੋਸ਼ਿਸ਼ ਕਰਾਂਗੇ ਉਹਨਾਂ ਸਵਾਲਾਂ ਦੀ ਜਵਾਬ ਦੇਣ ਦੀ ਸਭ ਤੋਂ ਪਹਿਲਾਂ ਜੀ ਆਪਣਾ ਅਸੀਂ ਭਾਜੀ ਆ ਪਤਨ ਤੇ ਵੀ ਕਰਨਾ ਚਾਹੁੰਦੇ ਆ ਠੀਕ ਹੈ ਜੀ ਤੇ ਮੈਂ ਸਵਾਲ ਦੇਖ ਰਹੀ ਹਾਂ तकरीबन ਐਸ ਟਾਈਮ ਸਵੇਰ ਦੇ 9:00 ਵਜੇ ਆ ਐ ਬਾਜੀ ਛੱਡੋ ਇਹਨਾਂ ਬਾਜੀ ਛੱਡੋ ਇਹਨਾਂ ਗੱਲਾਂ ਨੂੰ ਫ੍ਰੀਚ ਤੁਸੀਂ ਨੌਲੇਜ ਦੇ ਰਹੇ ਆ ਅ ਉਹਨਾਂ ਨੂੰ ਕੀ ਚਾਹੀਦਾ ਹਾਂਜੀ ਚਲੋ ਠੀਕ ਹੈ ਜੀ ਬਹੁਤ ਵਧੀਆ ਮੈਨੂੰ ਸਪੋਰਟ ਕਰਦੇ ਬਹੁਤ ਵਧੀਆ ਗੱਲ ਹੈ ਜੀ ਸਸੀ ਗੱਲ ਵੀ ਜੇਕਰ ਪਤਨੀ ਦੇ ਕੋਲ ਫੈਮਿਲੀ ਸੁਜੋਰ ਨੂੰ ਹੈ ਤਾਂ ਉਹ ਆਪਣੀ ਮਾਤਾ ਪਿਤਾ ਨੂੰ ਕਿਵੇਂ ਬੁਲਾ ਸਕਦੀ ਹੈ ਜੀ ਉਹਨਾਂ ਨੂੰ ਬੁਲਾਉਣ ਦੇ ਲਈ ਕਿਹ ਕੁੰਜੁੰਜੀ ਮੈਨ ਤੋਂ ਜੇਰਾ ਫੈਮਿਲੀ ਆ ਰਿ ਜੈਨਿਟੋਰੀ ਦਾ ਕਰਨਾ ਪੈਣਾ ਉਹਦੇ ਲਈ ਤੁਸੀਂ ਸਾਡੀ ਜਿਹੜੀ ਇਹ ਇਹ ਤਾਂ ਪੰਜਾਬੀ ਦੇ ਵਿੱਚ ਵੀਡੀਓ ਮੈਂ ਤੁਹਾਨੂੰ ਉਹਨੇ ਦਿਖਾ ਦਿੰਨਾ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਦਾ ਇਹ ਦੱਸਣਾ ਚਾਹਨਾ ਕਿ ਅਗਰ ਤੁਸੀਂ ਲਾਇਸੈਂਸ ਕਰਨਾ ਚਾਹੁੰਦੇ ਤਾਂ YouTube ਉੱਤੇ ਇਥਾ ਪੰਜਾਬੀ ਲਿਖੋ ਜੀ ਇਥਾ ਪੰਜਾਬੀ ਲਿਖਣ ਤੋਂ ਬਾਅਦ ਸਾਡਾ ਜਿਹੜਾ ਚੈਨਲ ਅਗਰ ਤੁਸੀਂ ਸਬਸਕ੍ਰਾਈਬ ਕੀਤਾ ਠੀਕ ਹੈ ਨਾ ਅਗਰ ਨਹੀਂ ਕੀਤਾ ਤੇ ਉਹਨੂੰ ਕਰ ਲਿਓ ਉਹਦੇ ਵਿੱਚ ਇਹਦਾ ਲਿਖਿਆ ਹੋਣਾ ਪਲੇਲਿਸਟ ਪਲੇਲਿਸਟ ਤੇ ਕਲਿੱਕ ਕਰੋ ਇੰਥ ਲੇਨ ਜਾ ਕੇ ਲਿਖਿਆ ਜੀ ਪਤਨ ਤੇ ਵੀ ਫਰੀ ਇਸ ਪਾਟੈਂਟ ਤੇ ਬੀ ਫ੍ਰੀ ਦੇ ਵਿੱਚ ਤੁਹਾਨੂੰ ਸਾਰਾ ਦੱਸਿਆ ਗਿਆ ਕਿ ਇਸ ਹਿਸਾਬ ਦੇ ਨਾਲ ਜਿਹੜਾ ਤੁਸੀਂ ਆਪਣਾ ਲਾਇਸੈਂਸ ਫ੍ਰੀ ਦੇ ਵਿੱਚ ਕਰ ਸਕਦੇ ਆ ਜੀ ਵਾਹਿਗੁਰੂ ਜੀ ਦੂਜੀ ਗੱਲ ਜੀ ਅਗਰ ਤੁਸੀਂ ਰਿਕੁੰਜੂਨ ਜੀ ਮੈਂ ਤਾਂ ਫੈਮਿਲੀ ਆਰੇ ਕਰਨਾ ਤਾਂ ਆਪਣੇ ਫੈਮਿਲੀ ਫੈਮਿਲੀ ਵੇਜ਼ ਆਪਣੇ ਮੰਮੀ ਡੈਡੀ ਜੀ ਨੂੰ ਬੁਲਾਣਾ ਤਾਂ ਉਹਦੇ ਲਈ ਅਸ਼ਪੈਟਾ ਵੇ ਲੋ ਵਾਹਿਗੁਰੂ ਹਾਂਜੀ ਉਹਦੇ ਲਈ ਇਹ ਤਾਂ ਪੰਜਾਬੀ ਤੇ ਲਿਖੋ ਜੀ ਰੀਕਨਜੂਨਜਮੈਂਟ ਤੁਸੀਂ ਇਥੇ ਪੰਜਾਬੀ ਰੀਕਨਜੂਨਜਮੈਂਟ ਹੀ ਲਿਖਿਓ ਮੈਂ ਦਾ ਕਰੂੰਗਾ ਆਪਣੇ ਜਿਹੜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਲਿੰਕ ਭੇਜ ਦਊਗਾ ਜੀ ਇਸ ਤੋਂ ਅੱਗੇ ਚੱਲਦੇ ਹਾਂ ਜੀ ਵੀਰ ਜੀ ਤੁਹਾਡਾ ਚੈਨਲ ਸਭ ਤੋਂ ਫਾਸਟ ਤੇ ਸਭ ਤੋਂ ਵਧੀਆ ਨਿਊਜ਼ ਦੇ ਰਿਹਾ ਹੈ ਆਪਣਾ ਬਸਰਾ ਭਾਰਤ ਜੀ ਬਹੁਤ ਬਹੁਤ ਥੈਂਕ ਯੂ ਜੀ ਤੁਹਾਡੀ ਸਸੇਗਲ ਵੀ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਵੀਰ ਜੀ ਇਹ ਮਾਲਕ ਅਸਾਂ ਮਜ਼ਾਕ ਲਿਖਦਾ ਜੀ ਮਾਲਕ ਤੋਂ ਅਸੀਂ ਕੰਮ ਕਰਦੇ ਹਾਂ ਉਹ ਸਾਨੂੰ ਪੈਸੇ ਆਪਣੀ ਮਰਜ਼ੀ ਨੇ ਦਿੰਦਾ ਇੱਕ ਘੰਟੇ ਤੇ ਕੀ ਸਰਕਾਰ ਤੋਂ ਦੇਖੋ ਜੀ ਮੈਂ ਤੁਹਾਨੂੰ ਇਹ ਸਾਰਿਆਂ ਨੂੰ ਆਪਣੇ ਵੀਰਾ ਭਾਵ ਨਾਲ ਜਿਹੜੇ ਆਪਣੇ ਭੈਣ ਜੀ ਸਾਨੂੰ ਸੁਣਦੇ ਜਾਂ ਦੱਸਣਾ ਚਾਹਨਾ ਜਿਹੜੇ ਸਰਕਾਰੀ ਰੇਟ ਆ ਉਹ ਹੁੰਦਾ ਜੀ ਉਹ ਹਰ ਚੀਜ਼ ਦਾ ਅਲੱਗ-ਅਲੱਗ ਹੁੰਦਾ ਕਿਸੇ ਦਾ 5.5 5 ਹੁੰਦਾ ਕਿਸੇ ਦਾ 5.6 ਹੁੰਦਾ ਇੱਥੇ ਤਾਂ ਕਿ 20000 ਤੱਕ ਵੀ ਰੇਟ ਹੁੰਦੇ ਆ ਜੋ ਵੀ ਰੇਟ ਹੁੰਦਾ ਜਿਹੜਾ ਤੁਹਾਡਾ ਕੰਟਰੈਕਟ ਹੁੰਦਾ ਨਾ ਤੁਹਾਡੇ ਕੋੰਟਰੈਕਟ ਉੱਤੇ ਲਿਖਿਆ ਹੁੰਦਾ 22 ਚਾਹ ਤੁਸੀਂ ਤੁਹਾਡੇ ਕੋੰਟਰੈਕਟ ਉੱਤੇ ਜਿਹੜਾ ਰੇਟ ਲਿਖਿਆ ਹੈ ਉਹ ਘਟ ਜਾਂ ਵਧ ਹੋਵੇ ਤਾਂ ਫਿਰ ਉਸ ਕੇਸ ਦੇ ਵਿੱਚ ਪ੍ਰੋਬਲਮ ਬੈਂਦੀ ਹੈ ਤੁਸੀਂ ਆਪਣੇ ਮਾਲਕ ਉੱਤੇ ਕੇਸ ਕਰ ਸਕਦੇ ਆ ਕਿ ਤੁਹਾਡੇ ਕੋੰਟਰੈਕਟ ਉੱਤੇ ਉਹਨੇ 8 ਰੋ ਲਿਖਿਆ ਤਾਂ ਤੁਹਾਨੂੰ 2 ਰੋ ਜਾਂ 3 ਰੋ ਦੇ ਰਿਆ ਇਸ ਹਿਸਾਬ ਦੇ ਨਾਲ ਅ ਮੂਝੇ ਪਟੈਂਟ ਇਸਾ ਮੈਨੂੰ ਪਟੈਂਟ ਦਾ ਲਿੰਕ ਸੈਂਡ ਕਰੋ ਜੀ ਅ ਹਸਨੁਲਲਾ ਜੀ ਦੇਖੋ ਜੀ ਮੈਂ ਤੁਹਾਨੂੰ ਹੁਣੇ ਦੱਸਿਆ ਇਹ ਤਾਂ ਪੰਜਾਬੀ ਇਹ ਤਾਂ ਪੰਜਾਬੀ ਦੇ ਉੱਤੇ ਜਾ ਕੇ ਸਾਡੀ ਜਿਹੜੀ ਪਲੇਲਿਸਟ ਪਲੇਲਿਸਟ ਦੇ ਵਿੱਚ ਜਾ ਕੇ ਪਤੈਂਤੇ ਵੀ ਫਰੀਆ ਅਗਰ ਤੁਸੀਂ ਇੱਥੇ ਕਲਿੱਕ ਨਹੀਂ ਕਰਨਾ ਤਾਂ ਇੱਥੇ ਥੱਲੇ ਵੀ ਪਤੈਂਤੇ ਆ ਇਟਾਲ ਅਸਾ ਜੇ ਤੁਸੀਂ ਇਟਾਲੀਅਨ ਵੀ ਸਿੱਖਣੀ ਹੈ ਤੇ ਇਟਾਲੀਅਨ ਲਈ ਤਕਰੀਬਨ ਕਾਫੀ ਇਹਦੇ ਵਿੱਚ ਮਚੀਜਾਂ ਰੱਖੀਆਂ ਸੀ ਪਤੈਂਤੇ ਸੀ ਕਰਨਾ ਚਾਹੁੰਦੇ ਆ ਤਾਂ ਪਤੈਂਤੇ ਸੀ ਦਾ ਡੈਮੋ ਇੱਕ ਅਸੀਂ ਰੱਖਿਆ ਪਤੈਂਤੇ ਸੀ ਦਾ ਪਹਿਲਾ ਚੈਪਟਰ ਇੱਥੇ ਵੀ ਆ ਜੀ ਇਹ ਲੀਵੈਲ ਉਹ ਦੂਏ ਕਾਰਤਰੀ ਸਿਜੋਨੋ ਨੇ ਜਿੱਦਾਂ ਦਾ ਪੇਪਰਾਂ ਦਾ ਉਹਦੀ ਇੱਕ ਐਗਜ਼ਾਮਪਲ ਇਹਦੇ ਵਿੱਚ ਰੱਖਿਓ ਐਗਜ਼ੈਕਟ ਇਹ ਨਹੀਂ ਆ ਨਾ ਪਰ ਤੁਹਾਨੂੰ ਆਈਡੀਆ ਦਿੱਤਾ ਕਿ ਕਿੰਦਾ ਨਾਂ ਦਾ ਤੇ ਮੈਨੂੰ ਕਾਫੀ ਆਪਣੇ ਵੀਰਾਂ ਭਰਾਵਾਂ ਨੇ ਪੁੱਛਿਆ ਕਿ ਪਤੈਣ ਤੇ ਸੀ ਕਰਨਾ ਚਾਹੁੰਦੇ ਆ ਅਗਰ ਤੁਸੀਂ ਪਤੈਣ ਤੇ ਸੀ ਕਰਨਾ ਚਾਹੁੰਦੇ ਆ ਸਾਡੇ ਨਾਲ ਤਾਂ ਉਹਦੇ ਲਈ ਅਸੀਂ ਚਾਰਜ ਰੱਖਿਆ ਜੀ 300 ਰੁਪਏ 300 ਰੁਪਏ ਰੱਖਿਆ ਜੋ ਕਿ ਮੇਰੀ ਉਹਦੀ ਕਿਤਾਬ ਨੂੰ ਕੁਇਜ਼ਾਂ ਨੂੰ ਟਰਾਂਸਲੇਸ਼ਨ ਕਰਨ ਦੀ ਕੀਮਤ ਲਾਉ ਜੀ ਮੈਂ ਜਿਹੜੀ ਉੱਤੇ ਮਿਹਨਤ ਲਾਈ ਸਿਰਫ ਉਹ ਟਰਾਂਸਲੇਸ਼ਨ ਦੀ ਆ ਬਾਕੀ ਨਹੀਂ ਬਾਕੀ ਹੋਰ ਵੀ ਪਲੇਲਿਸਟਾਂ ਕਾਫੀ ਨੇ ਦੇ ਵਿੱਚ ਵੀਡੀਓ ਬੇਸ ਉੱਤੇ ਪਾਵੇ ਨੇ ਅਲੀ ਸਵਾਲ ਨਵਾਂ ਚੱਲ ਗਿਆ ਜੀ ਸਰ ਜੀ ਨਾਫਲੀ ਵਿੱਚ 10000 ਕੁੱਦ ਹੋ ਗਈ ਆ ਵਕਾਰ ਸਲੀਮ ਜੀ ਤੁਸੀਂ ਇਹ ਮੈਨੂੰ ਦੱਸਿਓ ਕਿ ਕੁੱਦ ਤੁਸੀਂ ਕਿਸ ਹਿਸਾਬ ਲਈ ਪੁੱਛਦੇ ਆ ਕਿਉਂਕਿ 10000 ਦੀ ਕੁੱਦ ਫਿਲਹਾਲ ਦਾ ਨਹੀਂ ਕੁਝ ਹੈਗਾ ਸਾਰੇ ਪਾਸੇ ਇਟਲੀ ਜਦੋਂ ਵੀ ਕੋਈ ਕਾਨੂੰਨ ਆਦਾ ਸਾਰੇ ਪਾਸੇ ਇੱਕ ਟਾਈਮ ਤੋਂ ਜਾਂਦਾ ਅਲੀ ਰਿਕਾਰਡ ਕਹਿੰਦੇ ਜੀ ਭਾਜੀ ਟੈਨਸ਼ਨ ਨਹੀਂ ਲੈਣੀ ਕੋੁੱਤੇ ਆਂਦਾ ਕੰਮ ਹੁੰਦਾ ਭੌਂਕਣਾ ਦੂਜਿਆਂ ਨੂੰ ਭੌਂਕਣ ਦੋ ਦੂਜਿਆਂ ਨਾਲੋਂ ਸਭ ਤੋਂ ਵਧੀਆ ਤੁਹਾਡਾ ਚੈਨਲ ਅਸੀਂ ਤੁਹਾਡੇ ਨਾਲ ਆ ਜੀ ਮੈਂ ਲਾਇਸੈਂਸ ਕਰਨਾ ਚਾਹੁੰਦਾ ਹਾਂ ਦੇਖੋ ਜੀ ਜਿੰਨੇ ਵੀ ਲਾਇਸੈਂਸ ਕਰਨਾ ਚਾਹੁੰਦੇ ਐ ਇਸ ਤੁਹਾਨੂੰ ਦੱਸਦਾ ਉਹ ਵਾਈ ਗੁਰੂ ਜੀ ਮੈਂ ਹੁਣ ਸਵੇਰ-ਸਵੇਰ ਜਿਆਦਾ ਉੱਚੀ ਨਹੀਂ ਬੋਲਣਾ ਸਤਿ ਸ੍ਰੀ ਅਕਾਲ ਭਾਜੀ ਲਾਇਸੈਂਸ ਦਾ ਲਿੰਕ ਹਾਂਜੀ ਸੰਦੀਪ ਬਸਰਾ ਜੀ ਤੁਸੀਂ ਲਾਇਸੈਂਸ ਦਾ ਲਿੰਕ ਦੇ ਸਕਦੇ ਮੈਂ ਕਾਰਤਾਜ ਹੋਰੋਂ ਅਪਲਾਈ ਕੀਤੀ ਚੈੱਕ ਕਰਦਾ ਸਰਟੀਫିକਾਟੋ ਕਜ਼ਲ ਆ ਰਹੀ ਜੂ ਜੂ ਦੀਸਾਰੇ ਐ ਸਰਟੀਫିକਾਟੋ ਡੇਲੇ ਇਸਕ੍ਰੀਜ਼ਿਓਨ ਲਿਕੇ ਮੇਰੇ ਸਹਾਉਨਾ ਜੀ ਇਹ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਤੁਸੀਂ ਸਰਟੀਫਿਕੇ ਪੀਸੀਸੀ ਆਪਣਾ ਸਰਟੀਫିକਾ ਤੋਂ ਪੈਨਾਲੇ ਦੇਖ ਕੇ ਆਇਆ ਤੁਸੀਂ ਉਹਨਾਂ ਨੂੰ ਗਲਤ ਦੇਖਿਆ ਕਿਉਂਕਿ ਸਰਟੀਫିକਾ ਤੋਂ ਦੇਲੇ ਇਸਕ੍ਰਿਜ਼ਿਓਨ ਦਾ ਜਦੋਂ ਤੁਸੀਂ ਕਿਸੇ ਪਾਸੇ ਆਪਣੀ ਐਂਟਰੀ ਕਰਾਣੇ ਹੈ ਨਾ ਜਦੋਂ ਸਕੂਲ ਚ ਦਾਖਲਾ ਲੈਣੇ ਉਸ ਹਾਂ ਉਹ ਇਸਕ੍ਰਿਜ਼ਿਓਨ ਵਾਲਾ ਹੁੰਦਾ ਆਪਣਾ ਜਿਹੜਾ ਸਰਟੀਫਿਕੇਟ ਹੈ ਚੈੱਕ ਕਰਿਓ ਇਹ ਡਬਲਯੂਐਮਕੇ ਮੇਰੇ ਸਹਾਉਨਾ ਹੋਣਾ ਵਾਹਿਗੁਰੂ ਮੇਰ ਕਰੇ ਕਰਦੀਆਂ ਜਿਤ ਕੁੜੀਆਂ ਐ ਨਾਈਸ ਇਨਫੋਰਮ ਹਾਊ ਟੂ ਚੈੱਕ ਪੁੰਤ ਅਸਾ ਪੁੰਤੀਆਂ ਪੀ ਯੂ ਐਨ ਟੀ ਆਈ ਲਾਇਸੈਂਸ ਦੇ ਪੁੰਤੀਆਂ ਕਿੰਦਾ ਚੈੱਕ ਕਰਦੀ ਇਹਦੇ ਤੇ ਅਸੀਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵੀਰ ਜੀ ਮੈਂ ਆ ਦੋ ਇਹਨੇ ਕੀਤਾ ਮੇਰੇ ਕੋ ਸਜੋਰ ਨੂੰ ਲੰਗੂ ਪੇਰੀ ਦਿਓ ਲਿਖਿਆ ਹੋਇਆ ਮੈਸੇਜ ਜਨ ਵੀ ਜ਼ਰੂਰੀ ਰਿਪਲਾਈ ਹਸਪੈਂਡ ਓਕੇ ਦੇਖੋ ਜੀ ਅਗਰ ਤੁਸੀਂ ਕਾਰਤਾ ਦੇ ਸਜੋਰ ਨੂੰ ਭਾਵੇਂ ਉੱਥੇ ਲੰਗੂ ਪੇਰੀ ਦਿਓ ਲਿਖਿਆ ਹੈ ਅਗਰ ਤੁਸੀਂ ਉਹ ਆ ਦੂਏ ਕਰਕੇ ਨਹੀਂ ਲਈ ਤਾਂ ਫਿਰ ਜਿਹੜੀ ਤੁਹਾਨੂੰ ਬੀ ਉਹਨਾਂ ਦੀ ਲੋਡ ਹੈਗੀ ਹੈ ਫਿਰ ਹਾਲ ਜਿਹੜਾ ਕਾਨੂੰਨ ਚੱਲ ਰਿਹਾ ਇਟਲੀ ਵਿੱਚ ਰਹਿੰਦੇ ਹੁਣ 13 ਸਾਲ ਹੋ ਗਏ ਤੁਸੀਂ ਆਦੂਏ ਦਾ ਕਰ ਲਓ ਤਾਂ ਜੋ ਉੱਥੇ ਇਹ ਆਪਣਾ ਅਵਤਾਰ ਸਿੰਘ ਦੇਖੋ ਜੀ ਤੁਹਾਨੂੰ ਇੱਕ ਐਗਜ਼ਾਮਪਲ ਮੈਂ ਇਹੀ ਦੇਣਾ ਚਾਹੁੰਗਾ ਸਲਾਹ ਆਦੂਏ ਦਾ ਕੋਰਸ ਕਰ ਲਓ ਤੁਹਾਡੇ ਕੋਲ ਸਜੂਰ ਨੂੰ ਯੂਈ ਪਰਮਿਸ਼ਨ ਦੀ ਸੀ ਜੋ ਨੂੰ ਲੰਗੋ ਪੇਰੀ ਤੋਂ ਕਰਤਾ ਦੀ ਕਰਤਾ ਸਜੂਰ ਨੂੰ ਹੈਗੀ ਹੈ ਇਹਦੇ ਨਾਲ ਕੀ ਹੋ ਜਾਣਾ ਅਗਰ ਤੁਹਾਡੇ ਕੋਲ ਇਹ 2 ਦਾ ਹੈ ਤੇ ਕਰਤਾ ਸਜੂਰ ਨੂੰ ਹੈ ਤਾਂ ਨਾਰਮਲ ਜੀ ਗੱਲ ਹੈ ਫਿਰ ਉਹਨਾਂ ਨੇ ਕਿਹਾ ਪਏ ਤੁਹਾਨੂੰ ਉਹਨਾਂ ਦੀ ਲੋਡ ਨਹੀਂ ਲਿੰਕ ਆ ਦੇਖੋ ਕੌਰ ਬਲਵਿੰਦਰ ਬਲਵਿੰਦਰ ਕੌਰ ਜੀ ਨੇ ਆ ਲਿੰਕ ਭੇਜ ਤੇ ਸਾਡੀ ਵੈਬਸਾਈਟ ਹੈ ਇਹਦੇ ਉੱਤੇ ਵੀ ਕਲਿੱਕ ਕਰਕੇ ਦੇਖਦੇ ਆ ਇਹ ਸਾਡੀ ਵੈਬਸਾਈਟ ਹੈ ਇਸ ਵੈਬਸਾਈਟ ਉੱਤੇ ਵੀ ਤੁਸੀਂ ਜਿੰਨੇ ਵੀ ਸਾਡੇ ਹੈਗੇ ਆ ਸਾਰੇ ਦੇ ਸਾਰੇ ਆ ਦੇਖੋ ਜੀ ਚੈਪਟਰ ਦੇਖ ਸਕਦੇ ਆ ਵੈਸੇ ਹੋਰ ਵੀ ਸਾਡੀ ਵੈਬਸਾਈਟ ਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਜਿਨ੍ਹਾਂ ਨਾਲ ਤੁਹਾਨੂੰ ਨੌਲੇਜ ਮਿਲਣੀ ਹੈ ਇਹਨੂੰ ਫਿਲਹਾਲ ਥੋੜਾ ਜਿਹਾ ਬੜਾ ਕਰਦੇ ਇੱਥੇ ਜਿਆਦਾ ਬੜਾ ਨਹੀਂ ਨਾ ਤੇ ਦੇਖੋ ਕੁイズ ਪੋਟੈਂਟ ਫ੍ਰੀ ਹਾਂਜੀ ਜੇ ਤੁਹਾਨੂੰ ਕੁイズ ਵੀ ਕਰਨਾ ਚਾਹੁੰਦੇ ਆ ਸਾਡੀ ਵੈਬਸਾਈਟ ਤੇ ਜਾ ਕੇ itapunjabi.com ਜੀ ਦੀ ਵੈਬਸਾਈਟ ਆ ਵਾਹਿਗੁਰੂ ਜੀ ਹਾਂਜੀ ਇਹਦੇ ਤੇ ਜਾ ਕੇ ਸਾਰੇ ਜਿੰਨੇ ਵੀ ਕੁイズ ਹੈਗੇ ਫਿਲਹਾਲ 5 ਚੈਪਟਰ ਤੱਕ ਪੰਜਾਬੀ ਚ ਬੋਲ ਕੇ ਵੀ ਦੱਸਿਆ ਪਰ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਕੋਸ਼ਿਸ਼ ਕਰਦਾ ਮੇਰਾ ਟਾਈਮ ਨਹੀਂ ਲੱਗ ਲਿਆ ਮੈਂ ਹੌਲੀ ਹੌਲੀ ਜਿੱਤੇ ਜਿੱਦਾਂ ਉਹਦਾ ਟਾਈਮ ਲੱਗਦਾ ਮੈਂ ਉਹਨਾਂ ਨੂੰ ਵੀ ਰਿਕਾਰਡ ਕਰਕੇ ਅਪਲੋਡ ਕਰ ਦੇਣਾ ਫਿਲਹਾਲ ਇਹਨੂੰ ਬੰਦ ਕਰ ਦਿਆਂ ਮਾਈਕਲ ਵੀਰ ਦੱਸਿਆ ਨੇ ਕੁਝ ਕੱਲ ਦਾ ਮੇਕ ਟਾਈਮ ਹੈ ਨਹੀਂ ਸੀ ਪਾ ਆਪਣੇ ਹਰਪਾਲ ਸਿੰਘ ਜੀ ਮੈਨੂੰ ਸਮਝ ਨਹੀਂ ਲੱਗੀ ਤੁਸੀਂ ਕੀ ਕਿਹਾ ਕੌਰ ਬਲਵਿੰਦਰ ਜੀ ਕਹ ਰਹੇ ਨੇ ਅਨਲਾਈਕ ਅਨਲਾਈਕ ਵਾਲੇ ਸਾਹਮਣੇ ਸਾਹਮਣੇ ਤਾਂ ਮੜ ਜਾ ਤੁਹਾਡੀ ਆਰਤੀ ਉਤਾਰਨੀ ਹੈ ਅਸੀਂ ਸਾਰਿਆਂ ਨੇ ਮਿਲ ਕੇ ਲੋ ਜੀ ਬਹੁਤ ਵਧੀਆ ਗੱਲਾਂ ਜੀ ਕਹਿ ਰਿਹਾ ਸਾਰਿਆਂ ਨੂੰ ਇੱਕ ਇੱਕ ਲਾਈਕ ਕਰੋ ਦੋ ਦੋ ਲਾਈਕ ਕਰਦੇ ਆ ਅ ਭਾਜੀ ਕਰੰਸੀ ਰੇਟ ਪਾਕਿਸਤਾਨ ਦਾ ਜ਼ਾਹਿਦ ਪਟ ਪਟ ਸਾਹਿਬ ਜੀ ਕੋਈ ਨਾ ਅੱਜ ਸ਼ਾਮ ਨੂੰ ਅਸੀਂ ਜਿਹੜੀਆਂ ਪਾਕਿਸਤਾਨ ਦੀ ਕਰੰਸੀ ਆ ਉਹਦਾ ਵੀ ਰੇਟ ਦੱਸਣਾ ਸ਼ੁਰੂ ਕਰਾਂਗੇ ਲਾਇਸੈਂਸ ਦਾ ਲਿੰਕ ਬਲਵਿੰਦਰ ਕੌਰ ਜੀ ਨੇ ਪਹਿਲੇ ਵੀ ਤਾਂ ਸੈਂਡ ਵੀ ਲਿੰਕ ਵਾਈ ਗੁਰੂ ਜੀ ਤੁਹਾਡਾ ਵੀ ਭਲਾ ਕਰੇ ਜੀ ਕੋਈ ਸਵਾਲ ਦੇਖੀ ਜੀ ਬਾਈ ਕੋਈ ਚੱਕਰ ਬੋਲਦੇ ਨਹੀਂ ਹੁਣ ਤੁਹਾਨੂੰ ਕੇ ਜਸਟ ਕਰੀ ਅੱਛਾ ਬਾਈ ਕੋਈ ਚੱਕਰ ਨਹੀਂ ਬੋਲੀ ਜਾਣਦਾ ਹੁਣ ਤੁਹਾਨੂੰ ਦੇਖ ਕੇ ਨਿਊਜ਼ ਵੀ ਦੇਣ ਲੱਗੇ ਜਸਟ ਕਰੀ ਅੱਛਾ ਜੀ ਆਪਣਾ ਘਰ ਦਾ ਵਰਪੂ ਜੀ ਭਾ ਪ੍ਰੋਜੋਤ ਭਾ ਜੀ ਮੈਂ ਇਹੀ ਗੱਲ ਕਹਿਣਾ ਚਾਹਾਂਗਾ ਜੀ ਦੇਖੋ ਜੀ ਅਗਰ ਬੰਦੇ ਸਾਨੂੰ ਦੇਖ ਕੇ ਨਿਊਜ਼ਾਂ ਵੀ ਦੇਣ ਲੱਗਿਆ ਦੂਜੇ ਚੈਨਲ ਵਾਲੇ ਤਾਂ ਬਹੁਤ ਵਧੀਆ ਗੱਲ ਆ ਅਗਰ ਕੋਈ ਬੰਦਾ ਤੁਹਾਨੂੰ ਪੂਰੀ ਨਿਊਜ਼ ਨਹੀਂ ਸੁਣਾ ਰਿਹਾ ਨਾ ਸਿਰਫ ਹੈਡਲਾਈਨ ਜਿਹੜਾ ਟਾਈਟਲ ਹੀ ਫੜਫੜ ਕੇ ਸੁਣਾ ਰਿਹਾ ਫਿਰ ਵੀ ਤੁਸੀਂ ਉਸ ਬੰਦੇ ਦੀ ਮਿਹਨਤ ਹੋ ਕਰ ਰਿਹਾ ਉਸ ਮਿਹਨਤ ਨੂੰ ਜਰੂਰ ਦੇਖੋ ਬਾਕੀ ਰੀਸ ਕਰਦਾ ਨਹੀਂ ਕਰਦਾ ਦੇਖ ਕੇ ਨਹੀਂ ਕਰਦਾ ਉਹ ਗੱਲ ਵੱਖਰੀ ਹੈ ਜੀ ਫਿਰ ਵੀ ਤੁਹਾਡੀ ਉਹ ਹੈਲਪ ਕਰਨ ਦੀ ਸਾਰਿਆਂ ਦੀ ਕੋਸ਼ਿਸ਼ ਕਰ ਰਿਹਾ ਮੈਂ ਇਹ ਨਹੀਂ ਕਹਿੰਦਾ ਸਿਰਫ ਮੀਡੀਆ ਨਹੀਂ ਦੱਸੋ ਜਿਹੜਾ ਵੀ ਬੰਦਾ ਕੋਈ ਇਟਲੀ ਦੇ ਚੈਨਲ ਆ ਉਹ ਨਿਊਜ਼ ਬਣਾ ਰਿਹਾ ਭਾਵੇਂ ਹੈਡਲਾਈਨ ਸੁਣਾ ਰਿਹਾ ਉਹਦੇ ਜਿਹੜੇ ਚੈਨਲ ਨੂੰ ਦੇਖੋ ਦੇਖੋ ਜਰੂਰ ਸੁਣਿਆ ਜਰੂਰ ਕਰਿਓ ਕਿਉਂਕਿ ਇਹ ਜਿਹੜਾ ਨੋਲਜ ਹੈ ਜਿੰਨੀ ਤੁਸੀਂ ਆਲੇ ਦੁਆਲੇ ਇਕੱਠੇ ਕਰੋਗੇ ਉੰਨੀ ਵਧੀਆ ਆਪਣਾ ਕੰਮ ਹੈ ਸਿਰਫ ਜਿਹੜੇ ਬੰਦੇ ਅਗਰ ਕੋਈ ਚੈਨਲ ਗਲਤ ਵੀਡੀਓ ਪਾ ਰਿਹਾ ਆਪਣੀਆਂ ਫੇਕ ਨਿਊਜ਼ ਪਾ ਰਿਹਾ ਆਪਾਂ ਉਹਨਾਂ ਦੇ ਖਿਲਾਫ ਆ ਜੀ ਨਾ ਕਿ ਅਗਰ ਕੋਈ ਨਿਊਜ਼ ਦੇ ਕੇ ਦੇ ਕੇ ਪਾਣ ਲੱਪੇ ਤਾਂ ਬਹੁਤ ਵਧੀਆ ਗੱਲ ਆ ਆਪਣੇ ਇੰਡੀਅਨ ਮਾਲਕਾਂ ਦਾ ਵੀ ਮਾੜਾ ਹਾਲ ਆ ਜੀ ਸੈਲਰੀ ਘਟ ਦਿੰਦੇ ਆ ਤੇ ਤੇ ਕੰਮ ਜ਼ਿਆਦਾ ਜ਼ਿਆਦਾ ਲੈਂਦੇ ਆ ਸੋਝਦੇ ਨੇ ਆਪਾਂ ਸਾਰਾ ਪੈਸਾ ਕਮਾ ਲਈ ਜਾਂ ਸਕੋਤਰਾ ਹਾਂਜੀ ਭਾਜੀ ਖੇਤੀਬਾੜੀ ਵਿੱਚ ਇੰਨਾ ਦਾ ਕੰਮ ਜ਼ਰੂਰ ਹੁੰਦਾ ਵੀ ਜਦੋਂ ਤੁਸੀਂ ਕੰਮ ਕਰਦੇ ਆ ਤੁਹਾਨੂੰ 1 ਰੁਪਈਆ 2 ਰੁਪਈਆ 3 ਰੁਪਈਆ ਮੈਂ ਸੁਣਿਆ ਇਦਾਂ ਦੇ ਹਿਸਾਬ ਨਾਲ ਘੰਟੇ ਦਾ ਮਿਲਦੇ ਆ ਜਾਂ ਦਿਹਾੜੀ ਦੇ ਹਿਸਾਬ ਨਾਲ ਜਿਹੜੇ ਮਿਲਦੇ ਆ ਅਗਰ ਤੁਹਾਡਾ ਜਿਹੜਾ ਰੇਟ ਆ 2 3 ਜਾਂ 4 ਤੋਂ ਥੱਲੇ ਆ ਜੀ ਇਦਾਂ ਇਸ ਹਿਸਾਬ ਨਾਲ ਤਾਂ ਫਿਰ ਤੁਸੀਂ ਆਪਣੇ ਮਾਲਕਾਂ ਤੇ ਕੇਸ ਕਰ ਸਕਦੇ ਆ ਜੀ ਪਰ ਤਿੰਨ ਤੇ ਵੀ ਜਤਿੰਦਰ ਬਾਜੀ ਦੀ ਮੈਨੂੰ ਗੱਲ ਨਹੀਂ ਸਮਝ ਆ ਰਹੀ ਬਾਜੀ ਕੀ ਗੱਲ ਜੀ ਤੁਸੀਂ ਕੁਝ ਗੱਲ ਨਹੀਂ ਕਰ ਰਹੇ ਮੈਂ ਥੋੜਾ ਜਿਆਦਾ ਕੰਮ 'ਚ ਬੀਜੀ ਸੀ ਇਸ ਕਰਕੇ ਮੈਂ ਨਹੀਂ ਕਰ ਰਿਹਾ ਸਰਵਜੀਤ ਬਾਜੀ ਕਹਿੰਦੇ ਬਹੁਤ ਵਧੀਆ ਸਵਾਲ ਦੇਖਦੇ ਆਂ ਜੀ ਅਗਰ ਕਿਸੇ ਦਾ ਹੋਰ ਸਵਾਲ ਹੋਵੇ ਇਟਾਲੀਅਨ ਸਿੱਖਣ ਲਈ ਕੋਈ ਐਪ ਹੈ ਜੀ ਸਾਡੀ ਵੈਬਸਾਈਟ ਉੱਤੇ ਤੇ ਜਾ ਕੇ ਸਿੱਖ ਸਕਦੇ ਆਂ ਜਾਂ ਫਿਰ ਤੁਸੀਂ ਜਿਹੜੀ ਸਾਡੀ ਪਲੇਲਿਸਟ ਹੈ ਇਹਦੇ ਵਿੱਚ ਅਸੀਂ ਬੇਸਿਕ ਇਟਾਲੀਅਨ ਜਿਹੜੀ ਤੁਹਾਨੂੰ ਚਾਹੀਦੀ ਹੈ ਰੋਜ਼ ਬੋਲਣ ਦੀਆਂ ਗੱਲਾਂ ਉਹ ਦੱਸਿਆ ਜੀ ਪਟੈਂਟ ਦਾ ਲਿੰਕ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਧੰਨਵਾਦ ਤੁਹਾਡਾ ਥੈਂਕ ਯੂ ਜੀ ਅੱਛਾ ਅੱਛਾ ਇੱਥੇ ਮੇਰਾ ਨੰਬਰ ਪੁੱਛਿਆ ਜੀ ਮੇਰਾ ਨੰਬਰ ਵੈਸੇ ਜਿਹੜਾ ਆਫੀਸ਼ਲ ਨੰਬਰ ਇਹੀ ਹੈ ਜੀ 328149 ਕੁੰਚ ਪਰ ਇਸ ਨੰਬਰ ਤੇ ਟੈਲੀਫੋਨ ਨਹੀਂ ਲੱਗਦਾ ਸਿਰਫ ਸਿਰਫ ਵਟਸਐਪ ਆ ਪਰ ਇਹ ਨੰਬਰ ਮੈਂ ਤਕਰੀਬਨ ਮਹੀਨੇ ਚ ਇੱਕ ਜਾਂ ਦੋ ਵਾਰ ਹੀ ਯੂਜ਼ ਕਰਦਾ ਵਟਸਐਪ ਤੇ ਕਿਉਂਕਿ ਇਹਨੂੰ ਮੈਂ ਕੰਪਿਊਟਰ ਤੇ ਯੂਜ਼ ਕਰਦਾ ਹਰ ਰੋਜ਼ ਮੈਂ ਇਹਨੂੰ ਵਟਸਐਪ ਨਹੀਂ ਨਹੀਂ ਖੋਲਦਾ ਇਸੇ ਕਰਕੇ ਮੈਂ ਕਿਹਾ ਸੀਗਾ ਇਹ ਇਸੇ ਕਰਕੇ ਮੈਂ ਅੱਜ ਤੱਕ ਕਿਸੇ ਨੂੰ ਹੁਣ ਆਪਣੀਆਂ ਲਾਸਟੀਆਂ ਵੀਡੀਓ ਚ ਕਦੇ ਵੀ ਨੰਬਰ ਨਹੀਂ ਦਿੰਦਾ ਕਿਉਂਕਿ ਕਈ ਵਾਰ ਇਦਾਂ ਹੋ ਜਾਂਦਾ ਕਿ ਇਹ ਦਿੰਦੇ ਜੀ ਅਸੀਂ ਤੁਹਾਨੂੰ ਮੈਸੇਜ ਕੀਤਾ ਤੁਸੀਂ ਰਿਪਲਾਈ ਨਹੀਂ ਕੀਤੀ ਪਰ ਤੁਸੀਂ ਮੇਰੀ ਸਿਚੁਏਸ਼ਨ ਵੀ ਸਮਝ ਕੇ ਦੇਖੋ ਅਗਰ ਕੋਈ ਨੰਬਰ ਹੈ ਤਾਂ ਉਹਦੇ ਤੇ ਸਿਰਫ ਇੱਕ ਬੰਦੇ ਦਾ ਮੈਸੇਜ ਨਹੀਂ ਆਉਂਦਾ ਤਕਰੀਬਨ ਬਹੁਤ ਸਾਰੇ ਬੰਦੇ ਆ ਜਿਨ੍ਹਾਂ ਦੇ ਮੈਸੇਜ ਆਉਂਦੇ ਅਤੇ ਟਾਈਮ ਨਹੀਂ ਲੱਗਦਾ ਜੀ ਸਾਰਿਆਂ ਨੂੰ ਰਿਪਲਾਈ ਕਰਨ ਦਾ ਤੇ ਇਸ ਕਰਕੇ ਫਿਰ ਬੰਦੇ ਨਾਰਾਜ਼ ਵੀ ਹੋ ਸਕਦੇ ਨੇ ਵੀ ਸਾਾਨੂੰ ਨਹੀਂ ਰਿਪਲਾਈ ਕਰਦਾ ਐਸਾ ਨਾ ਫੈਮਿਲੀ ਬੁਲਾਉਣ ਦੇ ਲਈ ਕਿੰਨੀ ਖੁੱਦ ਚਾਹੀਏ ਇੱਕ ਵਾਈਫ ਦੋ ਬੱਚੇ 14 ਸਾਲ ਤੋਂ ਘੱਟ ਇਹ ਤੁਸੀਂ ਸਾਡੀ ਵੈਬਸਾਈਟ etapunjabi.com ਤੇ ਜਾ ਕੇ ਦੇਖ ਸਾਧੀਆਂ ਜੀ ਉਹਦੇ ਤੇ ਮੈਂ ਕੱਲ ਹੀ ਕੱਲ ਦਾ ਕੱਲ ਇੱਕ ਐਪੀਸੋਡ ਪਾਇਆ ਸੀ ਆ ਦੇਖੋ etapunjabi.com ਆਪਾਂ ਇਹਦੇ ਇੱਥੇ ਲਿਖ ਦਿੰਨੇ ਆ ਨਾ ਨਪਰੀਮੇ ਕੁਲਕੋਸਾ ਕਿ ਨਾ ਅਸਨ ਨੈਸਾਂ ਇਹਦੇ ਵਿੱਚ ਜਿਹੜਾ ਕਾਲ ਦਾ ਆ ਦੇਖੋ ਜੀ ਕਾਰਤਾ ਦੀ ਜ਼ੋਰ ਨੂੰ 2019 ਤੇ ਕਲਿੱਕ ਕਰੋ ਇਹਦੇ ਤੇ ਜਿਹੜੀ ਆ ਲਿਸਟ ਦਿੱਤੀ ਹੋ ਨਾ 5954 8932 11908 ਇਹ ਤੁਸੀਂ ਆਪਣੇ ਇੰਡੀਆ ਤੋਂ ਪਾਕਿਸਤਾਨ ਲਈ ਬੰਦੇ ਨੂੰ ਵੀ ਭਲਾਣਾ ਆ ਆਪਣੀ ਵਾਈਫ ਨੂੰ ਤੇ ਬੱਚਿਆਂ ਨੂੰ ਉਹਨਾਂ ਦੇ ਲਈ ਵੀ ਇਹ ਜਿਹੜੀ ਖੋਦਾ ਇੰਨੀ ਹੀ ਚਾਹੀਦੀ ਹੁੰਦੀ ਆ ਅੱਛਾ ਦੇਖਦੇ ਜੇ ਅਗਰ ਕੋਈ ਹੋਰ ਸਵਾਲ ਹੋਵੇ ਜੀ ਇੰਡੀਅਨ ਨੇ ਇਟਾਲੀਨ ਤੋਂ ਪੈਸੇ ਲੈ ਸਾਨੂੰ ਦਿੱਤੇ ਨਹੀਂ ਇਸ ਕੇਸ ਦੇ ਵਿੱਚ ਵੀ ਜਿਹੜਾ ਤੁਹਾਡਾ ਬੰਦਾ ਹੈ ਜਿਹੜਾ ਇੰਡੀਅਨ ਉਹ ਉਸ ਤੇ ਕੇਸ ਹੋ ਸਕਦਾ ਹੈ ਉਹਨੂੰ ਸਾਵਧਾਨ ਤੁਸੀਂ ਕਰ ਸਕਦੇ ਆ ਮੈਂ ਇਹ ਤੇ ਉੱਤੇ ਬਹੁਤ ਵਿਸਥਾਰ ਨਾਲ ਇੱਕ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗਾ ਜੀ ਵੀਰ ਜੀ ਪਤੰਤ ਵੀ ਦੇ ਸਾਇਸ ਲਾਇਸੈਂਸ ਹੈ ਭਾਜੀ ਲਾਇਸੈਂਸ 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 ਹਾਂਜੀ ਲਾਇਸੈਂਸ ਸਾਡਾ ਬਿਲਕੁਲ ਫ੍ਰੀ ਵਿੱਚ ਹੈ ਫ੍ਰੀ ਵਿੱਚ ਹੈ ਇਹ ਪਹਿਲੇ ਤੋਂ ਲੈ ਕੇ ਪਛਮੀ ਚੈਪਟਰ ਤੱਕ ਅਸੀਂ ਸਾਰੇ ਤੇ ਸਾਰੇ ਫ੍ਰੀ ਦੇ ਵਿੱਚ अपलोड ਕੀਤੇ ਜੀ ਚੈਨਲ ਅਗਰ ਬਾਈ ਚਾਂਸ ਕੋਈ ਲਾਇਸੈਂਸਾਂ ਦੀ ਗੱਲ ਹੋਵੇ ਕੋਈ ਚੈਪਟਰ ਨਾ ਸਮਝਦਾ ਹੋਵੇ ਪੂਰਾ ਚੈਪਟਰ ਨਹੀਂ فرض ਕਰੋ ਕਿ ਇਹ ਚੈਪਟਰ ਵਿੱਚ 10 ਪੈਰੇ ਆ ਕੋਈ ਪੈਰਾ ਨਾ ਹੋਵੇ ਤਾਂ ਉਹ ਪੈਰਾ ਤੁਹਾਨੂੰ ਤੁਸੀਂ ਦੱਸੋ ਅਸੀਂ ਉਹ ਪੈਰੇ ਨੂੰ ਟ੍ਰਾਂਸਲੇਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਈੰਡੀਆ ਤੋਂ ਪੈਸੇ ਭੇਜਣ ਲਈ ਭੇਜਣ ਵਾਲੇ 620 ਤੇ ਈੰਡੀਆ ਚ 180 ਏ ਜੀ ਆਪਣੀ ਇੰਡੀਆ ਦੀ ਗਵਰਨਮੈਂਟ ਨੇ ਮੇਰੇ ਸਾਹਮਣੇ ਟੈਕਸ ਲਾਇਆ ਸੀ 2% ਜਿੱ ਤੱਕ ਮੈਨੂੰ ਯਕਨ ਪੈਂਦੀ ਹੈ ਸ਼ਾਇਦ ਉਹਦੇ ਕਰਕੇ ਹੋ ਸਕਦਾ ਬਾਕੀ ਹੋਰ ਇੱਕ ਨਵੇਂ ਤਰੀਕੇ ਨਾਲ ਪੈਸੇ ਸਾਨੂੰ ਭੇਜਣ ਦੀ ਸਕੀਮ ਦੱਸਾਂਗੇ ਤੁਸੀਂ ਕਿਸ ਸਾਹਮਣੇ ਭੇਜ ਸਕਦੇ ਆ ਬਤਨ ਤੇ ਵਰ ਦੱਸਿਆ ਜੀ ਮੈਂ ਤਾਂ ਪੰਜਾਬੀ ਦਾ ਫੈਨ ਆ ਅੱਛਾ ਇਹ ਰਾਜ ਸਿੰਘ ਮੇਰੇ ਸਾਹਮਣੇ ਜੀ ਰਾਜਕੁਮਾਰ ਫਰਮ ਨਵਾਂ ਸ਼ਹਿਰ ਪਰ ਨਾਮ ਆਈਡੀ ਹੈਗੀ ਫਰਮ ਚਿਤਕੌਰ ਦੇ ਵੀਰ ਜੀ ਮੈਂ ਅਮਰਜੀਤ ਸਿੰਘ ਵੀਰ ਜੀ ਮੈਂ 70% ਇਨਵੈਲਿਡ ਹਾਂ ਰਜਿਸਟ੍ਰੇਸ਼ਨ ਤੋਂ ਮੇਰਾ ਕੁਦ ਥੋੜਾ ਹੁੰਦਾ ਕੋਈ ਦਮਾਂਦਾ ਹੈ ਜਾਂ ਤੁਸੀਂ ਕਰ ਸਕਦੇ ਈ ਸੇ ਜਸ ਜਸਪ੍ਰੀਤ ਕੌਰ ਜੀ ਭੈਣ ਅਮਰਜੀਤ ਸਿੰਘ ਭਾਜੀ ਹਾਂ ਜੀ ਦਮਾਂਦੇ ਹੈਗੇ ਨਹੀਂ ਕਰ ਸਕਦੇ ਆ ਮੈਂ ਇਹ ਜਿਹੜਾ ਇਨਵੈਲਿਡੋ ਵਾਲੇ ਦਮਾਂਦੇ ਹੈ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਰਿਸਰਚ ਕਰ ਰਿਆ ਆ ਆਉਣ ਵਾਲੇ ਦਿਨਾਂ 'ਚ ਇੱਕ ਦੋ ਦਿਨਾਂ 'ਚ ਕੋਸ਼ਿਸ਼ ਕਰੂੰਗਾ ਕਿ ਇਸ ਟਾਪਿਕ ਉੱਤੇ ਵੀਡੀਓ ਬਣਾਵਾਂ ਕਿਉਂਕਿ ਬਹੁਤ ਸਾਰੇ ਮੈਨੂੰ ਪਹਿਲਾਂ ਵੀ ਮੈਨੂੰ ਬਾਈ ਜੀ ਨੇ ਵੀਰਾਂ ਨੇ ਬਹੁਤ ਪੁੱਛਿਆ ਸੀਗਾ ਇਹ ਹੋਰ ਮੇਰੇ ਹਿਸਾਬ ਨਾਲ ਕੱਲ ਦਾ ਕੋਈ ਸਵਾਲ ਸਰ ਜੀ ਮੈਂ ਵੈਨੇਸ਼ੀਆ ਤੋਂ ਬਹੁਤ ਧੀਆ ਨਿਊਂਕ ਯੂ ਜੀ ਟਰਾਂਸਫਰ ਵਾਈ ਤੋਂ 1 ਰੁਪਿਆ ਲੱਗਦਾ ਹਾਂ ਜੀ 1 ਰੁਪਇਆ ਤਾਂ ਲੱਗਦਾ ਕਿਉਂਕਿ ਹੋਰ ਡਾਇਰੈਕਟ ਤੁਹਾਡੇ ਅਕਾਊਂਟ ਵਿੱਚ ਪੈਸੇ ਜਾਂਦੇ ਹਨ ਅਗਰ ਬੱਚਾ ਇਟਾਲੀਨ ਇੰਡੀਆ ਤੋਂ ਬਾਹਰ ਜਨਮ ਲੈਂਦਾ ਨਹੀਂ ਜੀ ਅਗਰ ਬੱਚੇ ਦਾ ਜਨਮ ਇਟਲੀ ਵਿੱਚ ਹੀ ਹੋਇਆ ਤਾਂ ਹੀ 240 ਲੱਗਣਿਆ ਜੀ ਲਿੰਕ ਜ਼ਰੂਰ ਭੇਜੋ ਨਿਊਜ਼ ਪਤੰਤੇ ਬਹੁਤ ਵਧੀਆ ਭਾਜੀ ਨਿਊਜ਼ ਪਤੰਤੇ ਦਾ ਲਿੰਕ ਜੀ ਇਹਨਾਂ ਨੇ ਭੇਜ ਦਿੱਤੇ ਹੈ ਜੀ ਵਾਹਿਗੁਰੂ ਜੀ ਅਗਰ ਹੋਰ ਕੋਈ ਸਵਾਲ ਪਤੰਤੇ ਸੀ ਪਤੰਤੇ ਸੀ ਗੁਰਦੀਪ ਸਿੰਘ ਜੀ ਅਸੀਂ ਪਤੰਤੇ ਸੀ ਜਿਹੜਾ ਉਹਨਾਂ ਚਾਰਜ ਕਰਦੇ ਆ 300 ਰੋ ਜੀ ਅਰ ਕੋਈ ਹੋਰ ਸਵਾਲ ਹੈ ਮੇਰੇ ਸਾਹਮਣਾਂ ਹੋਰ ਸਵਾਲ ਨਹੀਂ ਹੈਗੇ ਤੇ ਫਿਲਹਾਲ ਚਲੋ ਭਾਜੀ ਮੈਂ ਆਪਣੇ ਮਾਲ ਅਸ਼ਰਯਾ ਦੇਖ ਦਿਆ ਭਾਜੀ ਮੈਂ ਕਿਸੇ ਹੋਰ ਮਾਲਕ ਦੇ ਕੋਲ ਕੋਨਤਰਾਤੋ ਕਰਾ ਕੇ 43 ਦਿਨ ਪੂਰੇ ਕਰ ਕਰਵਾ ਤੇ ਮੇਰਾ ਦਮਾਨਦਾ ਹੋ ਸਕਦਾ ਅਨਿਲ ਕੁਮਾਰ ਸ਼ਰਮਾਪਾ ਜੀ ਦੇਖੋ ਜੀ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਸ ਮਾਲਕ ਨੇ ਤੁਹਾਨੂੰ ਬੁਲਾਇਆ ਉਸ ਮਾਲਕ ਦਾ ਜਿਹੜਾ ਬੀਰਵਾ ਕੰਟਰੈਕਟ ਟੈਕਸ ਦਾ ਰਿਹਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ 38 ਦਿਨ ਤੋਂ ਜਦੋਂ ਤੁਹਾਡਾ ਐਕਸਪਾਇਰ ਹੋਣੀ ਹੈ ਜਦੋਂ ਸੁਜੋਰ ਨੂੰ ਉਸ ਤੋਂ ਬਾਅਦ ਅਗਰ ਤੁਸੀਂ ਉਸ ਦੇ ਵਿੱਚ ਵਿੱਚ ਅਗਰ ਤੁਹਾਨੂੰ ਹੋਰ ਕੋਈ ਮਾਲਕ ਮਿਲ ਜਾਂਦਾ ਹੈ ਤਾਂ ਇਹ ਇੱਕ ਟਰਾਈ ਹੈ ਜਿਹੜੀ ਤੁਸੀਂ ਕਰ ਸਕਦੇ ਆ ਵਾਹਿਗੁਰੂ ਮੇਰ ਕਰੇ ਸ਼ਾਇਦ ਤੁਹਾਡੀ ਇਹ ਟਰਾਈ ਹੋ ਜੇ ਜੇ ਤੋ ਫਾਜ਼ੇ 5 ਵਿੱਚ ਆਂਦਾ ਤਾਂ ਪ੍ਰਾਤਿਕਾ ਦੇਸ਼ੀ ਨਹੀਂ ਤਾਂ ਕੰਪਲੀਟ ਦੇਖੋ ਜੀ ਜਿਹੜਾ ਇਹ ਕੰਪਲੀਟ ਹੋਣ ਨੂੰ 4 ਸਾਲ ਇਹਨਾਂ ਨੇ ਆਈਡੀਆ ਆਪਣਾ ਟਾਈਮ ਲਿਆ ਮੀਨੀਅਮ ਤੇ ਇਸ ਕਰਕੇ ਤੁਹਾਡਾ ਪ੍ਰਾਤਿਕਾ 5 ਚ 6 ਚ 7 ਚ ਅਗਰ 4 ਸਾਲ ਨਹੀਂ ਹੋਏ ਤਾਂ ਤਕਰੀਬਨ ਸਾਢੇ ਸਾਢੇ 3 ਤੋਂ 4 ਸਾਲ ਦੇ ਪਹਿਲਾਂ ਤੁਹਾਨੂੰ ਇਹਨਾਂ ਨੇ ਜਿਹੜਾ ਪਾਸਪੋਰਟ ਆ ਨਹੀਂ ਦੇਣਾ। ਇਹ ਭਾਈ ਗੁਰਜੀ ਇਹ ਬਾਜੀ ਪੁਲਿਸ ਜੀ ਦੱਸੋ ਪਾਸਪੋਰਟ ਦੋਸ ਹਾਂਜੀ ਬੈਂਸ ਬੰਸਲ ਸਿੰਘ ਜੀ ਪਾਜੀ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਜੀ ਕਿ ਆਪਣੇ ਬੰਦਿਆਂ ਨੇ ਬਹੁਤ ਅਫਵਾਹਾਂ ਫਲਾਈਆਂ ਕਿ 2 ਸਾਲ ਦਾ ਹੋ ਗਿਆ ਮੈਂ ਫੇਸਬੁੱਕ ਤੇ ਵੀ ਦੇਖਿਆ ਕਾਫੀ ਪਾਸੇ ਆਂਦੇ ਫਿਰ ਹਾਲ ਦੇ ਕਾਨੂੰਨ ਦੇ ਹਿਸਾਬ ਨਾਲ ਸਵੇਰ ਦੇ 9 ਵਜੇ ਆ ਜੀ ਆਪਣੀ ਤਰੀਕਾ ਜੀ ਕਿੰਨੀ ਆ ਹਾਂਜੀ 9 ਤਰੀਕ 9 ਵਜੇ 9 ਮਿੰਟ ਹੀ ਹੋਇਆ ਤੇ ਇਸ ਟਾਈਮ ਤੱਕ ਇਹ ਆਪਣਾ ਜਿਹੜਾ ਕਾਨੂੰਨ ਹੈ ਚੇਂਜ ਨਹੀਂ ਹੋਇਆ ਅਗਰ ਅੱਜ ਦਾ ਕੋਈ ਦਿਨ ਜੁ ਕੋਈ ਕਾਨੂੰਨ ਚੇਂਜ ਹੋ ਜਾਂਦੇ ਆ ਤਾਂ ਅਸੀਂ ਕੁਸ਼ਕੈਨ ਸਾਡੇ ਨਰਿੰਦਰ ਕੁਮਾਰ ਗੈਂ ਜਿੰਨੀ ਵਧੀਆ ਤੁਹਾਡੇ ਬਾਜੂਨੀ ਵਧੀਆ ਰਿਜ਼ਲਟ ਆ ਗਿਆ ਬਹੁਤ ਵਧੀਆ ਜੀ ਵਾਹਿਗੁਰੂ ਮੇਰ ਕਰੇ ਜੀ ਇਦਾਂ ਤੇ ਚਲੋ ਚੰਗਾ ਜੀ ਫਿਲਹਾਲ ਹੋਰ ਕੋਈ ਮੈਨੂੰ ਲੱਗਦਾ ਨਹੀਂ ਨਹੀਂ ਹੈਗੇ ਸਵਾਲ ਅੱਜ ਦੀ ਜਿਹੜੀਆਂ ਫਲੈਸ਼ ਨਿਊਜ਼ ਪਾਣੀ ਉਹਨਾਂ ਦੇ ਵਿੱਚ ਤੁਸੀਂ ਆਪਣੇ ਸਵਾਲ ਸਾਨੂੰ ਜ਼ਰੂਰ ਪੁੱਛੋ ਤਾਂ ਜੋ ਉਹਨਾਂ ਸਵਾਲਾਂ ਦੇ ਜਿਹੜੇ ਅਸੀਂ ਜਵਾਬ ਤੁਹਾਨੂੰ ਦੇ ਸਕੀਏ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ